सत श्री अकाल प्यारे विद्यार्थियों, स्वागत है तुहाडा आर जी सी बोड़ावाल दियां ऑनलाइन क्लासां दे विच। तां बी सी ए भाग तीजा पंजाबी विषय की मैं तुहाडे नाल गल कर रहा। इहदे विच तुहाडी सिलेबस का हिस्सा पाठ रचना ने गियां, पाठ ने कुछ वो आपां जिहड़े है तुहाडे नाल मैं एक एक पाठ जिहड़ा है वो सांझा कर रहा। यूनिवर्सिटी नोट्स के मुताबिक तुहाडियां जिहड़ियां सेमेस्टर दियां प्रीख्यावां ने ओह 15 दसंबर तक जिहड़ा है क्लीयर बिल्कुल हो जाएगा कि डेट शीट का पैना जां किवें उन्होंने पेपर लैने, शड्यूल की होगा वो तुहाडे नाल सब सांझा होगा। उस तो पहला मैं कोशिश कर रहा कि तुहानूं जिहड़ा है सिलेबस सारा कवर करवा दें, और तुसीं कोशिश ये करनी है कि मेरिया बनाईआं होईआं वीडियोज़ नूं बदो बद सुन के जिहड़ा है उन्हूं अमल च लिआउणा। अज का अपना पाठ है लोक गीतां दा जन्म। लोक गीतां दा जन्म एक पाठ है जिसनों दविंदर सथ्यारती, पंजाबी साहित्य दे विच बड़ा बड़ा ते एक विलखण नाम है दविंदर सथ्यारती, तां ओह की लिखदे है लोक गीतां बारे मैं ओहदी गल तुहाडे नाल सांझी करांगा। सब तो पहला प्रश्न बन रहा है कि लोक गीतां जन्म दा निबंध है जिहड़ा ओह लिखिया किने है, किस दी रचना है, तां ओह है दविंदर सथ्यारती। इहदा विशा की है, लोक गीतां दी पंजाबी दे मनुखी मन दे भावां नाल सांझ दर्शा के इन्हां दा जन्म पुराने समें विच होण नूं सिद्ध करना। देखो गीत कविता दिलां दे बलबले हुंदे आ, दिलां दे विच्चों उपजियां जिहड़ियां है गल्लां हुंदियां, खुशी दे पल हुंदे आ ਉਹ ਇੱਕ ਗੀਤਾਂ ਦੇ ਜਿਹੜੇ ਹੈ ਵਿੱਚ ਸੰਜੋਲ ਲੈ ਜਾਂਦੇ ਆ। ਇਸ ਤੋਂ ਇਲਾਵਾ ਗਮੀ ਦੇ ਵੀ ਕੁਛ ਪਲ ਹੁੰਦੇ ਆ, ਬਿਰਹਾਂ ਜਿਹੜੇ ਹੈ ਸੂਫੀ ਆਵਾਜ਼ ਦੇ ਵਿੱਚ ਆ ਜਾਂਦਾ ਹੈ ਉਸ ਦੇ ਵੀ ਕੁਛ ਪਲ ਹੁੰਦੇ ਆ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਗੀਤਾਂ 'ਚ ਆ ਜਾਂਦੀਆਂ ਨੇ। ਇਹਦਾ ਵਿਸ਼ਾ ਮਨੁੱਖੀ ਭਾਵਾਂ ਨਾਲ ਸਾਂਝ ਦਰਸਾ ਕੇ ਇਹਨਾਂ ਦਾ ਜਨਮ ਪੁਰਾਣੇ ਸਮੇਂ ਦੇ ਵਿੱਚ ਹੋਇਆ ਉਸ ਤੋਂ ਸਿੱਧ ਕਰਨਾ ਹੈ। ਤਾਂ ਟੌਪਿਕ ਆਪਣਾ ਇਹੀ ਹੈ ਕਿ ਲੋਕ ਗੀਤਾਂ ਦਾ ਜਨਮ 4000 ਸਾਲ ਪੁਰਾਣੇ, ਪਹਿਲਾਂ 4000 ਸਾਲ ਪੁਰਾਣੇ ਰੋਪੜ ਸ਼ਹਿਰ ਕੋਲ ਇੱਕ ਥਾਂ ਖੁਦਾਈ ਦੀ ਇਸ ਗੱਲ ਤੋਂ ਪਤਾ ਲੱਗਿਆ ਸੀ ਕਿ ਪੰਜਾਬ ਵਿੱਚ ਆਰੀਆ ਦੇ ਆਉਣ ਤੋਂ ਪਹਿਲਾਂ ਇੱਥੇ ਹੜੱਪਾ ਅਤੇ ਮੋਹਨਜੋਦੜੋ ਵਰਗੀਆਂ ਸੱਭਿਅਤਾਵਾਂ ਵੀ ਮੌਜੂਦ ਸੀ ਉਸ ਤੋਂ ਵੀ ਪਹਿਲਾਂ। ਇਸ ਤੋਂ ਪੰਜਾਬੀ ਦੀ ਸੱਭਿਅਤਾ ਦੇ ਢੇਰ ਪੁਰਾਣੀ ਹੋਣ ਦੀ ਸੂਚਨਾ ਵੀ ਸਾਨੂੰ ਮਿਲਦੀ ਹੈ। ਆਰੀਆ ਦੇ ਆਉਣ ਤੋਂ ਪਹਿਲਾਂ ਪੰਜਾਬ ਵਿੱਚੋਂ ਇੱਥੇ ਸਭ ਤੋਂ ਵੱਡੀ ਅਤੇ ਹਰਮਨ ਪਿਆਰੀ ਫਸਲ ਕਣਕ ਹੀ ਹੋਵੇਗੀ, ਕਿਉਂਕਿ ਸਾਨੂੰ ਲੋਕ ਗੀਤ ਉਸ ਲੋਕ ਗੀਤ ਵੀ ਉੱਥੋਂ ਦਾ ਮਿਲਦਾ। ਉਹ ਗੀਤ ਹੈ ਬੱਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ। ਪਿਆਰੇ ਵਿਦਿਆਰਥੀਆਂ, ਜੋ ਪ੍ਰਸ਼ਨ ਕਿਵੇਂ ਬਣਨਗੇ ਇਹਦੇ ਵਿੱਚੋਂ, ਪ੍ਰਸ਼ਨ ਐਵੇਂ ਬਣਨਗੇ ਕਿ ਜਿਵੇਂ ਮੈਨੂੰ ਹੁਣ ਫਸਲ ਨਾਲ ਸੰਬੰਧਿਤ ਗੀਤ ਆਇਆ ਉਹਦੀ ਗੱਲ ਹੋਈ, ਅੱਗੇ ਰਸਮਾਂ ਨਾਲ ਸੰਬੰਧਿਤ ਗੀਤ ਆਉਣਗੇ, ਫਿਰ ਅੱਡੋ ਅੱਡ ਜਿਹੜਾ ਹੈ ਸੱਸ ਦੇ ਨਾਲ ਸਾਡੇ ਰਿਸ਼ਤੇ ਨਾਤੇ ਜਿਹੜੇ ਹੁੰਦੇ ਸੀ ਭੈਣ ਭਰਾ ਦੇ, ਦੇਰ ਜਿਓ ਜਿਹੜਾ ਹੈ ਦਿਓਰ ਜੇਠ ਦੇ ਜਾਂ ਜਿਵੇਂ ਵੀ ਦਿਓਰ ਭਰਜਾਈ ਦੇ ਜਿਹੜਾ ਹੈ ਇਹ ਸਾਰੇ ਰਿਸ਼ਤੇ ਜਿਹੜੇ ਸੀ ਉਹਨਾਂ ਨਾਲ ਸੰਬੰਧਿਤ ਗੀਤ ਆਉਣਗੇ ਸਾਰੇ। ਉਹ ਤੁਸੀਂ ਧਿਆਨ 'ਚ ਰੱਖਣਾ ਵੀ ਕਿਹੜਾ ਗੀਤ ਕਿੱਥੇ ਕੰਮ ਕਰੇਗਾ। ਤਾਂ ਹੁਣ ਸਾਡੇ ਕੋਲ ਗੀਤ ਮਿਲਿਆ ਕਿ ਬੱਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ, ਕਹਿੰਦਾ ਭਾਵ ਕਿ ਉਦੋਂ ਵੀ ਕਣਕ ਜਿਹੜੀ ਆ ਉਹ ਲੋਕਾਂ ਦੀ ਹਰਮਨ ਪਿਆਰੀ ਫਸਲ ਹੋਵੇਗੀ ਹੀ ਹੋਵੇਗੀ। ਉਦੋਂ ਬਾਜਰਾ ਵੀ ਗਰਮੀ ਕਰਦਾ ਸੀ, ਜਵਾਰ ਵਾਦੀ ਕਰਕੇ ਸਮਝ ਜਾਂਦੀ ਹੋਵੇਗੀ, ਛੋਲੇ ਵੀ ਹੁੰਦੇ ਹੋਣਗੇ ਅਤੇ ਇਹਨਾਂ ਦਾ ਸਾਗ ਵੀ ਰਿੰਨਿਆ ਖਾਧਾ ਅਤੇ ਜਾਂਦਾ ਹੋਵੇਗਾ। ਅੱਜ ਦਾ ਇਹ ਗੀਤ ਮੇਰੇ ਚੰਦਰੇ ਜੇਠ ਦੇ ਛੋਲੇ, ਕਦੇ ਕਿਹਾ ਕਦੇ ਨਾ ਕਿਹਾ ਸਾਗ ਤੋੜ ਲੈ, ਮੇਰੇ ਚੰਦਰੇ ਜੇਠ ਦੇ ਛੋਲੇ ਕਦੇ ਨਾ ਕਿਹਾ ਸਾਗ ਤੋੜ ਲੈ। ਉਦੋਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਟਕੋਰ ਜਿਹੜਾ ਹੈ ਹੋਵੇਗਾ ਹੀ ਹੋਵੇਗਾ, ਤਰਖਾਣ ਕੰਮ ਉਦੋਂ ਵੀ ਹੁੰਦਾ ਹੋਵੇਗਾ। ਅੱਜ ਦਾ ਗੀਤ ਮੇਰੀ ਚੰਦਰੀ ਦੀ ਜਾਤ ਤਖਾਣੀ ਚੂੜਾ ਪਾ ਕੇ ਸੱਕ ਹੂੰਜਦੀ, ਤਖਾਣੀ ਤੱਤੇ ਨਾਲ ਮੇਰੀ ਚੰਦਰੀ ਦੀ ਜਾਤ ਤਖਾਣੀ ਚੂੜਾ ਪਾ ਕੇ ਸੱਕ ਹੂੰਜਦੀ। ਇਹ ਵੀ ਇੱਕ ਪਿੱਛੇ ਲੰਬਾ ਇਤਿਹਾਸਿਕ ਗੀਤ ਸਾਨੂੰ ਮਿਲਿਆ ਹੈ, ਉਹ ਵੀ ਕਲੀਅਰ ਹੈ ਕਿ ਉਦੋਂ ਇਹ ਚੀਜ਼ਾਂ ਹੁੰਦੀਆਂ ਹੀ ਹੋਣਗੀਆਂ। ਲੋਕ ਗੀਤ ਬਹੁਤ ਪੁਰਾਣੇ ਹੋਣਗੇ, ਕਪਾਹ ਵੀ ਕੋਈ ਅੱਜ ਨਹੀਂ ਉੱਗੀ। ਅਸੀਂ ਸੋਚ ਸਕਦੇ ਹਾਂ ਕਿ ਸਾਡਾ ਇਹ ਲੋਕ ਗੀਤ ਪਰੇ ਹੋ ਜਾਣੀ ਕਪਾਹ ਦੀ ਇਹ ਛਟੀਏ ਪਤਲੋ ਨੂੰ ਲੰਘ ਲੈਣ ਦੇ, ਇੱਕ ਛਟੀ ਜਿਹੜਾ ਹੈ ਉਹਦੇ ਉੱਤੇ ਇੱਕ ਪੌਦਾ ਛੋਟਾ ਹੁੰਦਾ ਉਹਦੇ ਉੱਤੇ ਕਪਾਹ ਜਿਹਾ ਉੱਗਣਾ, ਤਾਂ ਉਹ ਗੀਤ
ਇਹ ਕੋਈ ਅੱਜ ਦੀ ਉਪਜ ਨਹੀਂ, ਇਹ ਬੜੀ ਪੁਰਾਣੀ ਫਸਲ ਹੈ, ਤਾਂ ਲੋਕ ਗੀਤ ਵੀ ਪੁਰਾਣੇ ਹੀ ਹੋਣਗੇ। ਕਲੀਅਰ ਹੈ ਬਿਲਕੁਲ। ਇਸੇ ਤਰ੍ਹਾਂ ਲੋਕ ਗੀਤਾਂ ਵਿੱਚ ਛੱਪੜਾਂ, ਟਾਹਲੀਆਂ, ਚਰਖੇ ਅਤੇ ਗੁੱਜਰਾਂ ਨਾਲ ਦੇ ਹਵਾਲੇ ਕੋਈ ਅੱਜ ਤੱਕ ਨਹੀਂ, ਤਾਂ ਨਿੱਕਾ ਨਿੱਕਾ ਕੱਤਣਾ ਅਤੇ ਮਿੱਠਾ ਮਿੱਠਾ ਬੋਲਣ ਦਾ ਉਪਦੇਸ਼ ਉਹਨਾਂ ਵੇਲਿਆਂ ਦੀ ਤਾਜ਼ੀ ਯਾਦ ਨੂੰ ਕਰਦਾ ਜਦੋਂ ਪਤੀ 12 ਵਰ੍ਹਿਆਂ ਲਈ ਘਰੋਂ ਬਾਹਰ ਜਾਣ ਲੱਗਦਾ ਸੀ। ਅੱਜ ਵੀ ਲੋਕ ਗੀਤਾਂ ਵਿੱਚ ਇਹ ਬੋਲ ਤੁਰਿਆ ਹੋਇਆ ਕਿ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਡੋਈ, ਸਾਰੀ ਗੱਡੀ ਮੋੜ ਬਾਵਲਾ, ਮੇਰੇ ਹਾਣ ਦਾ ਮੁੰਡਾ ਨਾ ਕੋਈ। ਅਜਿਹੇ ਲੋਕ ਗੀਤਾਂ ਵਿੱਚ 100-100 ਵਰ੍ਹਿਆਂ ਦੇ ਸੰਸਕਾਰ ਬੋਲਦੇ ਹੈ। ਗੋਰੇ ਰੰਗ ਦੇ ਦੁਪੱਟਾ ਕਾਲਾ ਸੱਜਦਾ ਵਾਲਾ ਸੁਹਜ ਸਵਾਦ ਵੀ ਕੋਈ ਅੱਜ ਨਹੀਂ, ਪਰ ਦੇਵੀ ਮਾਤਾ ਗਾਉਣ ਬਖਸ਼ਦੀ ਗੀਤ ਮੁਸਲਮਾਨਾਂ ਦੇ ਆਉਣ ਤੋਂ ਪਿੱਛੋਂ ਦਾ ਹੈ, ਕਿਉਂਕਿ ਬਖਸ਼ਿਸ਼ ਸ਼ਬਦ ਮੁਸਲਮਾਨ ਜਾਤੀ ਜਿਹੜਾ ਹੈ ਉਹ ਲੋਕ ਹੀ ਵਰਤਦੇ ਨੇ, ਅਤੇ ਪੰਜਾਬ ਦੇ ਵਿੱਚ ਮੁਸਲਮਾਨਾਂ ਦੇ ਆਉਣ ਦੇ ਨਾਲ ਹੀ ਬਖਸ਼ਿਸ਼ ਸ਼ਬਦ ਆਇਆ। ਇਸੇ ਤਰ੍ਹਾਂ ਗੁਰੂ ਧਿਆ ਕੇ ਮੈਂ ਪਾਵਾਂ ਬੋਲੀ ਸਭ ਨੂੰ ਫਤਿਹ ਬੁਲਾਵਾਂ ਵਾਲਾ ਗੀਤ ਵੀ ਮੁਸਲਮਾਨਾਂ ਦੇ ਆਉਣ ਤੋਂ ਪਿੱਛੋਂ ਹੀ ਆਉਂਦਾ ਹੈ। ਲਹੂ ਮਾਸ ਵਿੱਚ ਰਚੇ ਭਾਵ ਚਿੱਤਰ, ਆਪਸੀ ਰਿਸ਼ਤੇਦਾਰੀਆਂ ਦੀ ਗੱਲ ਕਰੀਏ, ਪੰਜਾਬ ਦੇ ਜਿਹੜੇ ਤਕੜੇ ਜੁੱਸਿਆਂ ਵਾਲੇ, ਜੁੱਸਾਂ ਹੁੰਦਾ ਸਰੀਰ, ਬੋਡੀ ਤੁਹਾਡੀ, ਪੰਜਾਬ ਦੇ ਤਕੜੇ ਜੁੱਸਿਆਂ ਵਾਲੇ ਉਹ ਇਹ ਗੀਤ ਗਾ ਸਕਦੇ ਨੇ, 2 ਦਿਨ ਘੱਟ ਜਿਉਣਾ ਪਰ ਜਿਉਣਾ ਮੜਕ ਦੇ ਨਾਲ, ਕੱਚਾ ਦੁੱਧ ਪੀਣ ਵਾਲੇ ਹੀ ਇਹ ਬੋਲ ਮੂੰਹੋਂ ਕੱਢ ਸਕਦੇ ਨੇ, ਮੁੰਡਾ ਜੰਮੂਗਾ ਦਹੀਂ ਦੇ ਫੁੱਟ ਵਰਗਾ, ਕੱਚਾ ਦੁੱਧ ਪੀਣ ਵਾਲੀ। ਪ੍ਰਾਹੁਣਾਚਾਰੀਆ ਦਾ ਪੱਖ ਲੈਣ ਵਾਲੇ ਵੀ ਇਹ ਗੀਤ ਕਲਪਨਾ ਦਾ ਇਹ ਗੀਤ ਪੜ੍ਹ ਸਕਦਾ, ਮੇਰਾ ਲੈ ਚੱਲ ਚਰਖਾ ਉੱਥੇ ਵੀ ਜਿੱਥੇ ਤੇਰੇ ਹਲ ਵਗਦੇ, ਜਵਾਨੀ ਵਿੱਚ ਹੀ ਖੱਲ ਦੀ ਜੁੱਤੀ ਨਾਲ ਰੰਗ ਵੱਜਦਾ, ਜੁੱਤੀ ਖੱਲ ਦੀ ਮਰੋੜਾ ਨਹੀਂ ਝੱਲਦੀ ਜ਼ੋਰ ਜਵਾਨੀ ਦਾ। ਅਜਿਹੇ ਗੀਤ ਜਿਹੜੇ ਹੈ ਤੁਹਾਨੂੰ ਆਪਣੇ ਟਿਪਸ 'ਤੇ ਕਰਨੇ ਪੈਣਗੇ, ਅੱਡ ਅੱਡ ਵਿਧੀਆਂ, ਅੱਡ ਅੱਡ ਮੁਕਾਮ ਦੇ ਉੱਤੇ ਅੱਡ ਅੱਡ ਗੀਤ ਜਿਹੜੇ ਸਿਰਜੇ ਜਾਂਦੇ ਆ ਉਹ ਤੁਹਾਨੂੰ ਜਿਹੜੇ ਹੈ ਉਹ ਕਰਨੇ ਪੈਣਗੇ। ਇਸ ਤੋਂ ਇਲਾਵਾ ਜੀਵਨ ਦੇ ਸੱਚ ਨਾਲ ਸੰਬੰਧਿਤ ਕਿਹੜੇ ਆ, ਜਿਵੇਂ ਕਿ ਹੁਣ ਹਾੜ੍ਹ ਦਾ ਮਹੀਨਾ, ਜਦੋਂ ਪੂਰਾ ਗਰਮੀ ਦਾ ਮਹੀਨਾ ਹੁੰਦਾ ਹੈ, ਹੁਣ ਉਹ ਤਪਦਾ ਹੈ ਤਾਂ ਗੋਰੀ ਦੇ ਮਨ ਵਿੱਚ ਗੁੱਝੀਆਂ ਅੱਗਾਂ ਮੱਚ ਮੱਚ ਉੱਠਦੀਆਂ ਨੇ, ਚੜ੍ਹਿਆ ਜੇਠ ਮਹੀਨਾ, ਜੇਠ ਕੀ ਜੇਠ ਪਲੇਟ ਕੇ ਲੂਆਂ ਡਾਟੀਆਂ, ਮਾਹੀ ਗਿਆ ਪ੍ਰਦੇਸ਼ ਮੈਂ ਬਿਰਹੋਂ ਲੂਠੀਆਂ। ਅੱਜ ਵੀ ਕਿਸੇ ਐਤਵਾਰੀ ਸੱਸ ਦੇ ਤੰਗ ਆਈ ਨੂੰ ਇੰਝ ਵਿਰੋਧ ਕਰਦੀ ਹੈ, ਸੁਣਨੀ ਸੱਸੇ ਐਤਵਾਰੀਏ ਵਾਰ ਵਾਰ ਮੈਂ ਸਮਝਾਵਾਂ, ਜਿਹੜੀ ਤੇਰੀ ਸ਼ੇਰ ਪੰਜੀਰੀ ਵਿਹੜੇ ਵਿੱਚ ਖੰਡਾਵਾਂ, ਜਿਹੜਾ ਤੇਰਾ ਲੀਰ ਪਰਾਂਦਾ ਸਣੇ ਸੰਦੂਕਾਂ ਗਲਾਵਾਂ, ਗਾਲ ਭਰਾਵਾਂ ਦੀ ਮੈਂ ਨਾ ਮੁੜ ਕੇ ਖਾਵਾਂ। ਇਸ ਤੋਂ ਇਲਾਵਾ ਨੂੰਹ ਦੇ ਮਨ ਵਿੱਚ ਮੱਚਦੇ ਇਸ ਅੱਗ ਦੇ ਭਾਂਬੜ ਨੂੰ ਸਮਝਣ ਲਈ ਸਮਾਜਿਕ ਜੀਵਨ ਨੂੰ ਘੋਖਣ ਦੀ ਜ਼ਰੂਰਤ ਹੈ। ਵੀਰ ਘਰ ਪੁੱਤ ਜੰਮਦਾ ਤਾਂ ਭੈਣ ਨੂੰ ਮੱਝ ਗਾਉਂ ਮਿਲਣ ਦੀ ਆਸ ਬੱਝਦੀ ਹੈ, ਵੀਰ ਦੀ ਸਰਦਾਰੀ ਹੀ ਭੈਣ ਦਾ ਮਾਣ ਹੁੰਦੀ ਹੈ। ਚਾਚੇ ਦਾ ਪੁੱਤ ਭਰਾ ਲੱਗਦਾ ਕੋਲੋਂ ਦੀ ਲੰਘ ਗਿਆ, ਜੇ ਹੋਵੇ ਵੀਰ ਆਪਣਾ ਤਾਂ ਨਦੀਆਂ ਚੀਰ ਮਿਲੇ। ਚਾਚੇ ਦਾ ਪੁੱਤ ਭਰਾ ਲੱਗਦਾ ਕੋਲੋਂ ਦੀ ਲੰਘ ਗਿਆ, ਜੇ ਹੋਵੇ ਆਪਣਾ ਵੀਰ ਤਾਂ ਨਦੀਆਂ ਚੀਰ ਮਿਲੇ। ਇਸ ਤਰ੍ਹਾਂ ਦੇ ਗੀਤ ਜਿਹੜੇ ਭਰਾਵਾਂ ਲਈ। ਲੋਕ ਗੀਤਾਂ ਵਿੱਚ ਗੂੜੇ ਅਤੇ ਸ਼ੋਕ ਰੰਗ ਜਿਹੜੇ ਬਹੁਤੇ ਨੇ, ਪਰੰਤੂ ਨਾਲ ਹੀ ਕਸਮਹਿਰੇ ਰੰਗਾਂ ਦਾ ਵੀ ਜ਼ਿਕਰ ਹੈ। ਸਦਰਾਂ ਦੇ ਦਰਿਆਵਾਂ ਉੱਤੇ ਕਿਸੇ ਨੇ ਆਸ ਦੇ ਪੁੱਲ ਪਾਏ ਨੇ, ਕਿਸੇ ਨੂੰ ਬਚਪਨ ਯਾਦ ਆਉਂਦਾ ਤਾਂ ਮਨ ਦੀ ਵਾਰੀ ਖੁੱਲ੍ਹ ਜਾਂਦੀ ਹੈ। ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ, ਖਾਂਦੀ ਦੁੱਧ ਮਲਾਈਆਂ, ਤੁਰਦੀ ਦਾ ਲੱਕ ਝੂਟੇ ਖਾਂਦਾ, ਪੈਰੀ ਝਾਂਜਰਾਂ ਪਾਈਆਂ, ਤਿਰੰਜਣਾ ਨੱਚਦੀ ਫਿਰਾਂ, ਦੇਵੇ ਰੂਪ ਦੁਹਾਈਆਂ, ਤਿਰੰਜਣਾ ਨੱਚਦੀ ਫਿਰਾਂ। ਇਹ ਛੋਟੇ ਹੁੰਦਿਆਂ ਜਾਂ ਉਹਦੀ ਜਵਾਨੀ ਦੇ ਵਿੱਚ ਸੀ ਜਦ ਉਦੋਂ ਦੇ ਗੀਤ। ਇਸ ਤਰ੍ਹਾਂ ਲੋਕ ਗੀਤਾਂ ਵਿੱਚ ਕਿਤੇ ਕਿਤੇ ਯਤੀਮ ਮੁੰਡਾ ਆਪਣੀ ਕਹਾਣੀ ਬਿਆਨ ਕਰਦਾ, ਅਤੇ ਕਿਧਰੇ ਦਿਓਰ ਭਾਬੀ ਦੀ ਨੋਕ ਝੋਕ ਵੀ ਜਿਹੜੀ ਚੱਲਦੀ ਹੈ ਆਪਸ ਦੇ ਵਿੱਚ, ਤਾਂ ਪੇਕੇ ਘਰ ਦੇ ਗੀਤ ਹੋਰ ਹੁੰਦੇ ਆ, ਸਹੁਰੇ ਘਰ ਦੇ ਗੀਤ ਹੋਰ ਹੁੰਦੇ ਆ। ਕੁਆਰੀ ਕੁੜੀ ਆਪਣੀ ਮਾਂ ਨੂੰ ਇਹ ਸਿੱਖਿਆ ਦੇ ਰਹੀ ਹੈ, ਸੁਰਮਾ ਧਾਰੀ ਬੰਨ ਸੁਰਮਾ ਨਾ ਪਾਈਏ ਧੀਏ ਘਰ ਮਾਪਿਆਂ ਦੇ, ਧਾਰੀ ਬੰਨ ਸੁਰਮਾ ਨਾ ਪਾਈਏ ਧੀਏ ਘਰ ਮਾਪਿਆਂ ਦੇ। ਪਰੰਤੂ ਸਹੁਰੇ ਘਰ ਜਾ ਕੇ ਉਹੀ ਕੁੜੀ ਜਿਹੜਾ ਹੈ ਖੁੱਲ੍ਹਾ ਮਾਣਦੀ ਹੋਈ ਗਾਉਂਦੀ ਹੈ, ਬਣ 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 ਤਣ ਨਿਕਲ ਸਰੀਰਾ ਇਹ ਪਿੰਡ ਸਹੁਰਿਆਂ ਦਾ, ਬਣ ਤਣ ਨਿਕਲ ਸਰੀਰਾ ਇਹ ਪਿੰਡ ਸਹੁਰਿਆਂ ਦਾ। ਇਸ ਪ੍ਰਕਾਰ ਜਿਹੜਾ ਨਿਬੰਧਕਾਰ ਨੇ ਇਸ ਨਿਬੰਧ ਵਿੱਚ ਲੋਕ ਗੀਤਾਂ ਦੇ ਜਨਮ ਨੂੰ ਮਨੁੱਖੀ ਮਨ ਦੇ ਭਾਵ ਜਿਹੜੇ ਹੈ ਅਤੇ ਸਮਾਜਿਕ ਜੀਵਨ ਨਾਲ ਜੋੜਦਿਆਂ ਮਨੁੱਖੀ ਸੱਭਿਅਤਾ ਦੇ ਜਨਮ ਦੇ ਨਾਲ ਹੀ ਹੋਇਆ ਸਾਨੂੰ ਦੱਸਿਆ ਹੈ। ਜਿਉਂ ਹੀ ਮਨੁੱਖ ਦਾ ਜਨਮ ਹੋਇਆ, ਜਿਉਂ ਹੀ ਮਨੁੱਖ ਸੱਭਿਅਤਾ ਦਾ ਜਨਮ ਹੋਇਆ, ਉਹਦੇ ਨਾਲ ਨਾਲ ਸਾਡੇ ਗੀਤਾਂ ਦਾ ਜਨਮ ਵੀ ਉਸੇ ਤਰ੍ਹਾਂ ਹੀ ਹੁੰਦਾ ਗਿਆ। ਇੱਕ ਚੀਜ਼ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ ਕਿ ਗੀਤਾਂ ਦੀਆਂ ਕੈਟਾਗਰੀਜ਼ ਯਾਦ ਕਰ ਲਓ। ਗੀਤਾਂ ਦੇ ਜਿਹੜੇ ਹੈ ਉਹ ਪਰ ਐਗਜ਼ਾਮੀਨਰ ਤੁਹਾਨੂੰ ਗੀਤ ਪੁੱਛ ਕੇ ਵੀ ਦੱਸ ਸਕਦਾ ਵੀ ਇਹ ਕਿਸ ਵੇਲੇ ਗਾਇਆ ਜਾਂਦਾ,
और स्थिति तुहानू बयान करके दस भी सकदा वी इस स्थिति ते किहड़ा गीत जिहड़ा है गाया जांदा। शॉर्ट नोट दे विच इह हिस्सा बन सकदा। जेकर पूरा लेख रेखन की गल आई तां मैं तुहानू लेख उह सांझा तुहाडे नाल कर ही लिया। PDF मैं तुहानू वीडियो दे नाल ही शेयर कर दांगा। अज दी क्लास च सिर्फ इन्ना ही। धन्यवाद।